ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬੀਐਨ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦ ਫਿਲਮਸ। ਦ ਫਿਲਮਸ ਦੇ ਸਾਰੇ ਦਰਸ਼ਕਾਂ ਦਾ ਸਾਡੇ ਸ਼ੋਅ ਫਾੜੂ 5 ਦੇ ਵਿੱਚ ਸਵਾਗਤ ਹੈ ਤੇ ਅਸੀਂ ਲੈ ਕੇ ਹਾਜ਼ਰ ਹਾਂ ਇਸ ਵੀਕ ਦੀਆਂ ਫਾੜੂ 5 ਨਿਊਜ਼। ਇਸ ਹਫਤੇ ਕਈ ਨਵੇਂ ਗਾਣਿਆਂ ਦੀ ਅਨਾਉਂਸਮੈਂਟ ਹੋਈ, ਜਿਨ੍ਹਾਂ ਵਿੱਚੋਂ ਪਹਿਲਾ ਗਾਣਾ ਹੈ ਪਰਮੀਸ਼ ਵਰਮਾ ਦਾ। ਆਪਣੇ ਕੱਚੇ ਪੱਕੇ ਯਾਰ ਗਾਣੇ ਤੋਂ ਬਾਅਦ ਪਰਮੀਸ਼ ਵਰਮਾ ਦੇ ਅਗਲੇ ਗਾਣੇ ਦਾ ਟਾਈਟਲ ਹੈ ਛੜਾ। ਇਸ ਟਾਈਟਲ ਤੋਂ ਕਲੀਅਰ ਹੋ ਰਿਹਾ ਹੈ ਕਿ ਇਹ ਗਾਣਾ ਪਰਮੀਸ਼ ਵਰਮਾ ਬੈਚਲਰਸ ਯਾਨੀ ਕਿ ਕੁਆਰਿਆਂ ਨੂੰ ਡੈਡੀਕੇਟ ਕਰਨ ਜਾ ਰਹੇ ਨੇ। ਇਸ ਗਾਣੇ ਦਾ ਆਫੀਸ਼ੀਅਲ ਪੋਸਟਰ ਆ ਚੁੱਕਿਆ ਹੈ, ਜਿਹਦੇ ਵਿੱਚ ਇਸ ਗਾਣੇ ਦੀ ਰਿਲੀਜ਼ ਡੇਟ 17 ਮਾਰਚ 2018 ਦੱਸੀ ਜਾ ਰਹੀ ਹੈ। ਤੇ ਨਾਲ ਹੀ ਸ਼ੈਰੀ ਮਾਨ ਨੇ ਵੀ ਇੱਕ ਪੋਸਟ ਰਾਹੀਂ ਇਹ ਦੱਸਿਆ ਕਿ ਉਹਨਾਂ ਦਾ ਨਵਾਂ ਟਰੈਕ ਜਲਦ ਆ ਰਿਹਾ ਹੈ, ਜਿਹਦਾ ਟਾਈਟਲ ਹੈ ਮੋਟਰ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਦੋਨੋਂ ਬਹੁਤ ਚੰਗੇ ਦੋਸਤ ਨੇ ਤੇ ਹੋ ਸਕਦਾ ਇਹਨਾਂ ਯਾਰ ਅਨਮੁੱਲਿਆਂ ਦਾ ਗਾਣਾ ਤੁਹਾਨੂੰ ਇਕੱਠਿਆਂ ਨੂੰ ਸੁਣਨ ਨੂੰ ਮਿਲ ਜਾਏ। ਨਵੇਂ ਗਾਣਿਆਂ ਦੇ ਨਾਲ ਨਾਲ ਨਵੀਂ ਫਿਲਮਾਂ ਦੀ ਵੀ ਅਨਾਉਂਸਮੈਂਟ ਹੋਈ। ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਨਵੀਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ, ਜਿਹਦਾ ਟਾਈਟਲ ਹੈ ਆਟੇ ਦੀ ਚਿੜੀ। ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਦੇ ਨਾਲ ਲੀਡ ਰੋਲ ਦੇ ਵਿੱਚ ਨਜ਼ਰ ਆਣਗੇ ਬਾਲੀਵੁੱਡ ਦੇ ਬੰਬ ਜੱਟ ਅੰਮ੍ਰਿਤ ਮਾਨ ਤੇ ਇਹਨਾਂ ਦੇ ਨਾਲ ਸਪੋਰਟਿੰਗ ਕੈਰੇਕਟਰਸ ਦੇ ਵਿੱਚ ਦਿਖਣਗੇ ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਹਰਬੀ ਸੰਘਾ ਤੇ ਨਿਸ਼ਾ ਬਾਨੋ ਤੇ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਹੈਰੀ ਪੱਟੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਸਤਿੰਦਰ ਸਰਤਾਜ ਦੀ ਐਲਬਮ ਸੀਜ਼ਨ ਆਫ ਸਰਤਾਜ ਦਾ ਪਹਿਲਾ ਟਰੈਕ ਮੈਂ ਤੇ ਮੇਰੀ ਜਾਨ ਹਾਲੇ ਲੋਕਾਂ ਦੇ ਜ਼ਿਹਨ ਤੋਂ ਉਤਰ ਨਹੀਂ ਪਾਇਆ ਸੀ ਤੇ ਇਸ ਹਫਤੇ ਇਸ ਐਲਬਮ ਦਾ ਦੂਸਰਾ ਟਰੈਕ ਤੇਰੇ ਵਾਸਤੇ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ। ਤੇ ਇਸ ਟੀਜ਼ਰ ਦੇ ਵਿੱਚ ਸਤਿੰਦਰ ਸਰਤਾਜ ਨਜ਼ਰ ਆ ਰਹੇ ਨੇ ਗੋਰਜੀਅਸ ਨਰਗਿਸ ਫਾਕਰੀ ਦੇ ਨਾਲ। ਤੇਰੇ ਵਾਸਤੇ ਵੇ ਸਜਣਾ ਪੀੜਾਂ ਅਸੀਂ ਹੰਡਾਈਆਂ। ਆਪਣੇ ਹਰ ਗਾਣੇ ਦੀ ਤਰ੍ਹਾਂ ਸਤਿੰਦਰ ਸਰਤਾਜ ਇਸ ਗਾਣੇ ਦੇ ਟੀਜ਼ਰ ਵਿੱਚ ਵੀ ਰੂਹ ਨੂੰ ਛੂ ਗਏ ਨੇ ਤੇ ਹੁਣ ਇੰਤਜ਼ਾਰ ਹੈ ਤੇ ਇਸ ਗਾਣੇ ਦੀ ਫੁੱਲ ਵੀਡੀਓ ਦਾ। ਅੰਮ੍ਰਿਤ ਮਾਨ ਨੇ ਕਿਹਾ ਸੀ ਕਿ ਉਹ 2018 ਦੇ ਵਿੱਚ ਬਿਲਕੁਲ ਹੀ ਡਿਫਰੈਂਟ ਨਜ਼ਰ ਆਣਗੇ ਤੇ ਉਹ ਗੱਲ ਉਹਨਾਂ ਨੇ ਪੂਰੀ ਕਰ ਦਿੱਤੀ ਹੈ ਆਪਣੇ ਨਵੇਂ ਟਰੈਕ ਟ੍ਰੈਂਡਿੰਗ ਨਖਰਾ ਦੇ ਨਾਲ। ਵੱਡੇ ਅੰਮ੍ਰਿਤ ਮਾਨ ਵੀ ਇਸ ਗਾਣੇ ਦੇ ਵਿੱਚ ਬੜੇ ਹੀ ਡੈਸ਼ਿੰਗ ਲੱਗ ਰਹੇ ਨੇ ਬਿਊਟੀਫੁਲ ਡੀਵਾ ਗਿੰਨੀ ਕਪੂਰ ਦੇ ਨਾਲ ਤੇ ਇਹ ਗਾਣਾ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਿਹਾ। ਬਾਲੀਵੁੱਡ ਦੇ ਵਿੱਚ ਕਾਮੇਡੀ ਫਿਲਮਾਂ ਦਾ ਟ੍ਰੈਂਡ ਚੱਲਦਾ ਹੀ ਰਹਿੰਦਾ ਹੈ ਤੇ ਇੱਕ ਨਵੀਂ ਕਾਮੇਡੀ ਫਿਲਮ ਆ ਰਹੀ ਹੈ ਜਿਹਦੇ ਵਿੱਚ ਬਿੰਨੂ ਢਿੱਲੋਂ ਤੁਹਾਨੂੰ ਲੀਡ ਰੋਲ ਦੇ ਵਿੱਚ ਨਜ਼ਰ ਆਣਗੇ ਤੇ ਲੱਗਦਾ ਹੈ ਇਸ ਫਿਲਮ ਦੇ ਵਿੱਚ ਉਹ MBA ਦੀ ਡਿਗਰੀ ਹਾਸਿਲ ਕਰ ਲੈਣਗੇ ਕਿਉਂਕਿ ਇਸ ਫਿਲਮ ਦਾ ਟਾਈਟਲ ਹੈ ਬਿੰਨੂ MBA ਤੇ ਇਸ ਫਿਲਮ ਨੂੰ ਆਪਣਾ ਨਿਰਦੇਸ਼ਨ ਦੇਣਗੇ ਸਮੀਪ ਕੰਨ ਤੇ ਇਸ ਫਿਲਮ ਦੀ ਸ਼ੂਟਿੰਗ ਅਗਸਤ 2018 ਵਿੱਚ ਸ਼ੁਰੂ ਹੋਵੇਗੀ। ਸਾਡੇ ਫਾੜੂ 5 ਸ਼ੋਅ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦਾ ਫਿਲਮਸ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਬਿਲਕੁਲ ਨਾ ਭੁੱਲਿਓ ਤਾਂ ਜੋ ਤੁਸੀਂ ਬਿਲਕੁਲ ਮਿਸ ਨਾ ਕਰਨਾ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਨਿਸ਼ਾ ਬਾਨੋ ਤੇ ਦਾ ਫਿਲਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਵਰਲਡ ਵਾਈਡ ਜਿਹੜਾ ਵੀ ਭਰਾ ਇਸ ਵੇਲੇ ਮੈਨੂੰ ਦੇਖ ਰਿਹਾ ਇੱਥੇ ਦੇਖ ਰਿਹਾ ਇੰਡੀਆ 'ਚ, ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ।